ਦੋਸਤੋ ਮੈਂ ਆਪਣੇ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਟੈਂਸ ਦੀ ਜਾਣਕਾਰੀ ਦੇਣ ਜਾ ਰਿਹਾ ਹਾਂ ਪੰਜਾਬ ਵਿੱਚ ਕਹੀਏ ਤਾਂ ਇਸ ਨੂੰ ਕਾਲ ਕਹਾਂਗੇ ਇਹ ਇੰਗਲਿਸ਼ ਦੇ ਇੱਕ ਅਜੀਹਾ ਟੌਪਿਕ ਹੈ ਜੋ ਅੱਜ ਵੀ ਸਟੂਡੈਂਟ ਲਈ ਸਮੱਸਿਆ ਬਣਿਆ ਹੋਇਆ ਹੈ ਕਿਉਂਕਿ ਟੀਚਰ ਤਾਂ ਇਸ ਨੂੰ ਪੜ੍ਹਾਉਣ ਲਈ ਪੜ੍ਹਾਉਂਦੇ ਹਨ ਪਰ ਸਟੂਡੈਂਟ ਇਸ ਨੂੰ ਸਮਝਣ ਦੀ ਬਜਾਏ ਰੱਟਾ ਮਾਰ ਲੱਗ ਜਾਂਦੇ ਹਨ ਪਰ ਇਸ ਦੀ ਵੀ ਇੱਕ ਵਜ੍ਹਾ ਹੈ ਜੇ ਕਿਉਂਕਿ ਸਾਨੂੰ ਸਮਝ ਹੀ ਨਹੀਂ ਆਉਂਦਾ ਤੇ ਆਪਾਂ ਕਦੇ ਵੀ ਟੀਚਰ ਨੂੰ ਕੋਈ ਕੁਐਸਚਨਰੀ ਪੁੱਛਦੇ ਦੂਸਰੀ ਵੱਡੀ ਵਜ੍ਹਾ ਹੈ ਕਿ ਅਸੀਂ ਰੋਜ਼ਾਨਾ ਦੇ ਬੋਲਚਾਲ ਵਿੱਚ ਇਸ ਦੀ ਵਰਤੋਂ ਨਹੀਂ ਕਰਦੇ। ਮੇਰੀ ਵੀਡੀਓ ਵੇਖਣ ਤੋਂ ਬਾਅਦ ਵੀ ਜੇਕਰ ਤੁਸੀਂ ਆਪਣੇ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਇਸ ਦੀ ਵਰਤੋਂ ਨਹੀਂ ਕਰਦੇ ਤਾਂ ਕੋਈ ਲੋੜ ਨਹੀਂ ਇਸ ਵੀਡੀਓ ਨੂੰ ਵੇਖਣ ਦੀ। ਤੁਸੀਂ ਹੁਣੇ ਇਸ ਵੀਡੀਓ ਨੂੰ ਬੰਦ ਕਰ ਸਕਦੇ ਹੋ। ਧੰਨਵਾਦ। ਸੋ ਇਹ ਵੀਡੀਓ ਅੱਜ ਦੀ ਵੀਡੀਓ ਜਿਹੜੀ ਮੇਰੀ ਉਹਨਾਂ ਸਟੂਡੈਂਟ ਲਈ ਹੈ ਜੋ ਇਸ ਨੂੰ ਵਾਅਦਾ ਕਰਦੇ ਹਨ ਕਿ ਇਹ ਜਿਹੜਾ ਟੈਂਸਰ ਇਹਨੂੰ ਨਿੱਕੀ-ਨਿੱਕੀ ਆਪਣੀ ਰੋਜ਼ਾਨਾ ਦੀ ਬੋਲਚਾਲ ਵਿੱਚ ਇਸ ਦੀ ਵਰਤੋਂ ਕਰਨਗੇ। ਸੋ ਦੋਸਤੋ ਤੁਹਾਨੂੰ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਤੋਂ ਸ਼ੁਰੂ ਕਰਦੇ ਹਾਂ ਟੈਂਸ ਕਾਲ ਕਾਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਕਾਲ ਤਿੰਨ ਤਰ੍ਹਾਂ ਦੇ ਹੁੰਦੇ ਹਨ ਵਰਤਮਾਨ ਕਾਲ ਭੂਤਕਾਲ ਤੇ ਭਵਿਖ ਕਾਲ ਵਰਤਮਾਨ ਕਿਹੜਾ ਹੁੰਦਾ ਜਿਹੜਾ ਹੁਣ ਅਸੀਂ ਜਿਸ ਵਰਤਮਾਨ ਜਿਹਦੇ ਹੁਣ ਗੱਲ ਕਰ ਰਹੇ ਆ ਉਹ ਵਰਤਮਾਨ ਕਾਲ ਚ ਜਿਹੜਾ ਇਸ ਵਿੱਚ ਚੱਲ ਰਿਹਾ ਹੈ ਭੂਤਕਾਲ ਜਿਹੜਾ ਬੀਤ ਚੁੱਕਾ ਜਿਹਦਾ ਤੁਹਾਡਾ ਹੁਣ ਦੂਜਾ ਪੀਰੀਅਡ ਚੱਲ ਰਿਹਾ ਤੇ ਪਹਿਲਾ ਪੀਰੀਅਡ ਤੁਹਾਡਾ ਲੰਘ ਚੁੱਕਾ ਸੋ ਉਹ ਭੂਤਕਾਲ ਬਣ ਜਾਏਗਾ ਭਵਿੱਖ ਕਾਲ ਜਿਹੜਾ ਅਗਲਾ ਪੀਰੀਅਡ ਆਉਣ ਵਾਲਾ ਫਿਊਚਰ ਚ ਕਿਹੜਾ ਪੀਰੀਅਡ ਹੋਵੇ ਤੀਜਾ ਚੌਥਾ ਜਾਂ ਅਗਲੇ ਦਿਨ ਦੀ ਗੱਲ ਕਰਾਂਗੇ ਉਹ ਭਵਿੱਖ ਕਾਲ ਹੋਏਗਾ ਸੋ ਟੈਂਸ ਕਿੰਨੀ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਕਿਹੜੇ ਪ੍ਰੈਜ਼ੈਂਟ ਟੈਂਸ ਪਾਸਟ ਟੈਂਸ ਤੇ ਫਿਊਚਰ ਟੈਂਸ ਠੀਕ ਸਮਝ ਲੱਗ ਗਿਆ ਨਾ ਬੱਚੋ ਇਹਨਾਂ ਤਿੰਨਾਂ ਟੈਂਸਾਂ ਨੂੰ ਅੱਗੇ ਚਾਰ ਹਿੱਸਿਆਂ 'ਚ ਵੰਡਿਆ ਗਿਆ ਹੈ ਕਿਹੜੇ ਹਿੱਸੇ ਨੇ ਦੇ ਕਾਲ ਨੂੰ ਜਾਂ ਟੈਂਸ ਨੂੰ ਕਿੰਨੇ ਹਿੱਸੇ 'ਚ ਵੰਡਿਆ ਗਿਆ ਚਾਲ ਚਾਰ ਭਾਗਾਂ 'ਚ ਵੰਡਿਆ ਗਿਆ ਹੈ ਇਹਨਾਂ ਚਾਰ ਭਾਗ ਕਹਰੇ ਨੇ ਸਤਪਲੋ ਇਨਡੈਫੀਨਟ ਟੈਂਸ ਸਮਝੋ ਇਹਨੂੰ ਇਨਡੈਫੀਨਟ ਟੈਂਸ ਕਹਿੰਦਾ ਜਿਹੜਾ ਅਨਿਸ਼ਚਿਤ ਕਾਲ ਹੈ ਮੈਂ ਕਿ ਜਿਹੜਾ ਕੋਈ ਕਾਲ ਨਿਸ਼ਚਿਤ ਨਹੀਂ ਹੈ ਸਮਾਂ ਕੋਈ ਵੀ ਨਿਸ਼ਚਿਤ ਨਹੀਂ ਡਿਫਾਈਨ ਨਹੀਂ ਕੀਤਾ ਹੋਇਆ ਹੈ ਉਨੂੰ ਅਨਿਸ਼ਚਿਤ ਕਾਲ ਕਹਿੰਦੇ ਹਨ ਅਨਿਸ਼ਚਿਤ ਕਾਲ ਤਥਾ ਜਾਂ ਆਤਨ ਗਤੀਵਿਧੀਆਂ ਨੂੰ ਪ੍ਰਗਟ ਕਰਦੇ ਹਨ ਦੂਜੇ ਕਾਲਾਂ ਦੇ ਉਲਟ ਅਨਿਸ਼ਚਿਤ ਕਾਲ ਵਿਸ਼ੇਸ਼ ਤੌਰ ਤੇ ਇਹ ਦੱਸੇ ਬਿਨਾ ਕਿਰਿਆ ਦਾ ਵਰਣਨ ਕਰਦੇ ਹਨ ਕਿ ਕਿਰਿਆਵਾਂ ਪੂਰੀਆਂ ਹੋਈਆਂ ਹਨ ਜਾਂ ਚੱਲ ਰਹੀਆਂ ਹਨ ਭਾਵੇਂ ਵਿੱਚ ਕੋਈ ਵੀ ਸਾਨੂੰ ਪਤਾ ਨਹੀਂ ਕਿ ਉਹ ਕਿਰਿਆ ਕਦੋਂ ਸ਼ੁਰੂ ਹੋਈ ਹੈ ਤੇ ਕਦੋਂ ਖਤਮ ਹੋਏਗੀ ਬਸ ਚੱਲ ਰਹੀ ਹੈ ਜਿਦਾਂ ਐਗਜ਼ਾਮਪਲ ਵਜੋਂ ਮੈਂ ਫੁੱਟਬਾਲ ਖੇਡਦਾ ਹਾਂ ਮੈਂ ਖੇਡਦਾ ਫੁੱਟਬਾਲ ਕਿਦੋਂ ਤੋਂ ਖੇਡ ਰਿਹਾ ਕੋਈ ਇੱਥੇ ਕੁਝ ਨਹੀਂ ਕਲੀਅਰ ਕੀਤਾ ਆਈ ਹੈਵ ਟੂ ਪਲੇ ਫੁੱਟਬਾਲ ਆਈ ਪਲੇ ਫੁੱਟਬਾਲ ਮੈਂ ਫੁੱਟਬਾਲ ਖੇਡਦਾ ਇੱਕ ਹੋਰ ਧਾਰਨ ਦੇਖਦੇ ਮੈਂ ਪੰਜਾਬੀ ਬੋਲਦਾ ਹਾਂ ਪੰਜਾਬੀ ਤਾਂ ਬੋਲਦਾ ਪਰ ਕੁਝ ਕਲੀਅਰ ਨਹੀਂ ਬਚ ਪਉਂਦਾ ਬੋਲ ਰਿਹਾ ਜਾਂ ਮੈਂ 10ਵੀਂ ਕਲਾਸ ਚ ਪੰਜਾਬੀ ਸਿੱਖੀ ਸੀ ਜਾਂ ਮੈਂ ਹੁਣੇ ਸਿੱਖੀ ਹੈ ਕੁਝ ਕਲੀਅਰ ਨਹੀਂ ਪਰ ਇਸ ਵੇਲੇ ਜਿਹੜੀ ਗੱਲ ਕਰ ਰਿਹਾ ਮੈਂ ਪੰਜਾਬੀ ਬੋਲਦਾ ਹਾਂ ਆਈ ਸਪੀਕ ਪੰਜਾਬੀ ਫਿਰ ਅਗਲਾ ਦੂਜਾ ਟੈਂਸ ਕੰਟੀਨਿਊਸ ਟੈਂਸ ਇਓ ਟੈਂਸ ਜਿਹੜਾ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਚੱਲ ਰ ਨਿਰੰਤਰ ਚੱਲ ਰ ਪਰ ਇਸ ਦਾ ਵੀ ਕੋਈ ਸਮਾਂ ਡਿਫਾਈਨ ਨਹੀਂ ਹੁੰਦਾ ਜਿਵੇਂ ਜਦੋਂ ਪਹਿਲਾਂ ਦੱਸਿਆ ਜਦੋਂ ਉਸੇ ਤਰ੍ਹਾਂ ਸਮਾਂ ਕੋਈ ਡਿਫਾਈਨ ਨਹੀਂ ਹੈ ਕੰਟੀਨਿਊਸ ਹੈ ਪਰ ਇੰਨਾ ਸਿਰਫ ਪਤਾ ਕਿ ਚੱਲ ਰਿਹਾ ਹੈ ਅੱਗੇ ਵੀ ਚੱਲਦਾ ਰਹੇਗਾ ਜਦੋਂ ਇੱਕ ਵਾਕ ਵਿੱਚ ਕਿਰਿਆ ਦਰਸਾਉਂਦੀ ਹੈ ਕਿ ਘਟਨਾ ਕਿਸੇ ਖਾਸ ਸਮੇਂ ਤੇ ਹੈ ਜਾਂ ਸੀ ਜਾਂ ਹੋ ਰਹੀ ਹੈ ਤਾਂ ਇਸ ਨੂੰ ਨਿਰੰਤਰ ਕਾਲ ਕਿਹਾ ਜਾਂਦਾ ਹੈ ਉਦਾਹਰਣ ਨਾਲ ਸਮਝਦੇ ਮੈਂ ਫੁੱਟਬਾਲ ਖੇਡ ਰਿਹਾ ਹਾਂ ਉਕ ਐਸ ਵੇ ਖੇਡ ਰਹੇ ਆ ਪਰ ਕਿਦੋਂ ਤੋਂ ਖੇਡ ਰਹੇ ਆ ਇਹ ਕੁਛ ਪਤਾ ਨਹੀਂ ਕੋਈ ਡਿਫਾਈਨ ਨਹੀਂ ਕੀਤਾ ਪਰ ਇਹ ਕੰਟੀਨਿਊਸ ਟੈਂਸ ਹੋਏਗਾ ਕਿਹੜਾ ਟੈਂਸ ਹੋਏਗਾ ਕੰਟੀਨਿਊਸ ਆਈ ਏਮ ਪਲੇਇੰਗ ਫੁੱਟਬਾਲ ਫਿਰ ਤੀਜਾ ਟੈਂਸ ਕਿਹੜਾ ਪਰਫੈਕਟ ਟੈਂਸ ਪਰਫੈਕਟ ਟੈਂਸ ਜਿਹੜਾ ਕਿ ਹੋ ਚੁੱਕਾ ਹੈ ਪੂਰਨ ਹੋ ਚੁੱਕਾ ਹੈ ਕੰਮ ਜਿਹੜਾ ਹੋ ਚੁੱਕਾ ਹੈ ਉਹਨੂੰ ਪਰਫੈਕਟ ਟੈਂਸ ਵਿੱਚ ਕਰਾਂ ਪੂਰਨ ਹੋ ਚੁੱਕਾ ਹੈ ਜਰਾ ਮੈਂ ਫੁੱਟਬਾਲ ਖੇਡ ਚੁੱਕਿਆ ਹਾਂ ਵੇਖੋ ਨੇ ਕਿਸ ਨੂੰ ਦੱਸ ਰਿਹਾ ਜਾਂ ਚਾਰ ਦਿਨ ਪਹਿਲਾਂ ਦੀ ਗੱਲ ਕਰ ਰਿਹਾ ਇੱਥੇ ਉਹ ਮੈਂ ਫੁੱਟਬਾਲ ਖੇਡ ਚੁੱਕਿਆ ਹਾਂ ਸਮਾਂ ਕੁਝ ਨਿਸ਼ਚਿਤ ਨਹੀਂ ਹੈ ਚ ਪਰ ਕੰਮ ਹੋ ਚੁੱਕਿਆ ਹੈ ਜਿਹੜਾ ਪਰਫੈਕਟ ਹੈ ਆਈ ਹੈਵ ਪਲੇਡ ਫੁੱਟਬਾਲ ਸੋ 10 ਟੈਂਸਸ ਓਨ ਕਲੀਅਰ ਹੋ ਗਏ ਹੁਣ ਚੌਥਾ ਟੈਂਸ ਦੀ ਗੱਲ ਕਰਦੇ ਹਾਂ ਚੌਥਾ ਟੈਂਸ ਕੀ ਹੈ ਪਰਫੈਕਟ ਕੰਟੀਨਿਊਸ ਟੈਂਸ ਇਹਨੂੰ ਕੰਨ ਖੋਲ ਕੇ ਸੁਣਨਾ ਧਿਆਨ ਨਾਲ ਸੁਣੋ ਇਹਨੂੰ ਕਿਉਂਕਿ ਆ ਬੜਾ ਕਨਫਿਊਜ਼ਿੰਗ ਟੈਂਸ ਹੈ ਪਰਫੈਕਟ ਕੰਟੀਨਿਊਸ ਟੈਂਸ ਜਿਸ ਤਰ੍ਹਾਂ ਦੇ ਪਿੱਛੇ ਪਰਫੈਕਟ ਦਾ ਦੱਸਿਆ ਸੀ ਜਿਹੜਾ ਕੰਮ ਹੋ ਚੁੱਕਾ ਹੈ ਤੇ ਕੰਟੀਨਿਊਸ ਜੇ ਚੱਲ ਰਹਾ ਤੇ ਇਸ ਟਾਈਮ ਕੀ ਹੋ ਗਿਆ ਪੂਰਨ ਨਿਰੰਤਰ ਕਾਲ ਹੈ ਮੇਰੀ ਕੰਮ ਹੋ ਚੁੱਕਾ ਹੈ ਪਰ ਅੱਗੇ ਵੀ ਚੱਲਦਾ ਰਹੇਗਾ ਕੰਟੀਨਿਊਸ ਰਹੇਗਾ ਇਹ ਸਮਝ ਲੱਗੀ ਧਿਆਨ ਅਰੇ ਐਗਜ਼ਾਮਪਲ ਵੇਖਦੇ ਫਿਰ ਤੁਹਾਨੂੰ ਸਮਝ ਲੱਗੇਗੀ ਮੈਂ ਸਵੇਰ ਤੋਂ ਫੁੱਟਬਾਲ ਖੇਡ ਰਿਹਾ ਹਾਂ ਪਾ ਸਮਾਂ ਦਿੱਤਾ ਹੈ ਸਵੇਰ ਤੋਂ ਖੇਡ ਰਿਹਾ ਹਾਂ ਹੁਣ ਵੀ ਖੇਡ ਰਿਹਾ ਉਸ ਤਰ੍ਹਾਂ ਮੈਂ ਹੋਰ 2 ਘੰਟੇ ਹੋਰ ਖੇਡਾਂ ਮੇਰੇ ਕੰਮ ਫੁੱਟਬਾਲ ਸਵੇਰ ਤੋਂ ਖੇਡ ਰਿਹਾ ਨਿਰੰਤਰ ਚੱਲਦਾ ਰਹੇਗਾ ਕੰਮ ਤੇ ਟਾਈਮ ਵੀ ਦਿੱਤਾ ਹੈ ਪਰਫੈਕਟ ਕੰਟੀਨਿਊਸ ਟੈਂਸ ਹੋਏਗਾ ਆਈ ਹੈਵ ਬੀਨ ਪਲੇਇੰਗ ਫੁੱਟਬਾਲ ਸਿንስ ਮਾਰਨਿੰਗ ਫੋਰ ਐਗਜ਼ਾਮਪਲ ਵੇਖਦੇ ਆ ਪਿਛਲੇ 5 ਸਾਲਾਂ ਤੋਂ ਪੰਜਾਬੀ ਬੋਲ ਰਿਹਾ ਹਾਂ ਤਾਂ ਆਈ ਹੈਵ ਬੀਨ ਸਪੀਕਿੰਗ ਪੰਜਾਬੀ ਸਿንስ ਲਾਸਟ 5 ਇਅਰ ਪਿਛਲੇ 5 ਸਾਲਾਂ ਤੋਂ ਬੋਲ ਰਿਹਾ ਹਾਂ ਪਰਫੈਕਟ ਹੋ ਗਿਆ ਬੋਲ ਰਿਹਾ ਹਾਂ ਹੁਣ ਵੀ ਬੋਲ ਰਿਹਾ ਅੱਗੇ ਅੱਗੇ ਵੀ ਬੋਲਦਾ ਰਹੇਗਾ ਕੰਟੀਨਿਊਸ ਹੈ ਮਤਲਬ ਕਿ ਬਾਅਦ ਚ ਵੀ ਕੰਮ ਚੱਲਦਾ ਰਹੇਗਾ ਨਹੀਂ ਕਿ ਮੈਂ ਅੱਜ ਪੰਜਾਬੀ ਬੋਲ ਲਈ ਤੇ ਬਾਅਦ ਚ ਪੰਜਾਬੀ ਨਹੀਂ ਬੋਲਨੀ ਇਹ ਕੰਮ ਹੋ ਵੀ ਚੁੱਕਾ ਐ ਇਸ ਵੇਲੇ ਪਰ ਗਾਂ ਵੀ ਕਰਦਾ ਰਹਾਂਗਾ ਸੋ ਚਾਰ ਟੈਂਸ ਤੁਨ ਕਲੀਅਰ ਹੋ ਗਏ ਹੁਣ ਜੇ ਟੈਂਸ ਨੇ ਜਿਹੜੇ ਚਾਰੋਂ ਚਾਰ ਪਾਗਾਂ ਜਿਹੜੇ ਵੰਡੇ ਚ ਇਹ ਦੁਬਾਰਾ ਰਿਵਾਈਜ਼ ਕਰ ਦੋ ਇਨਡੈਫਿਨਿਟ ਟੈਂਸ ਜਿਹੜਾ ਸਮਾਂ ਕੋ ਨਿਸ਼ਚਿਤ ਨਹੀਂ ਹੈ ਕਿਸੇ ਸਮੇਂ ਦਾ ਨਹੀਂ අප ਨੂੰ ਪਤਾ ਕਿਦੋਂ ਸ਼ੁਰੂ ਹੋਏਗਾ ਕਿਦੋਂ ਖਤਮ ਹੋਏਗਾ ਤੇ ਕੰਟੀਨਿਊਸ ਟੈਂਸ ਜਿਹੜਾ ਇਸ ਵੇਲੇ ਚੱਲ ਰਿਹਾ ਨਿਰੰਤਰ ਚੱਲ ਰਿਹਾ ਹੈ ਕੰਟੀਨਿਊਸ ਹੈ ਹੁਣ ਵੀ ਚੱਲ ਰਿਹਾ ਪਰ ਸਮਾਂ ਹੋਰ ਜਿਵੇਂ ਨਿਸ਼ਚਿਤ ਦੱਸਿਆ ਨਹੀਂ ਗਿਆ ਤੀਜਾ ਪਰਫੈਕਟ ਟੈਂਸ ਰਕਾਮ ਹੋ ਚੁੱਕਾ ਹੈ ਠੀਕ ਤਿੰਨ ਕਾਲ ਇਨਡੈਫਿਨਿਟ ਟੈਂਸ ਕੰਟੀਨਿਊਸ ਟੈਂਸ ਤੇ ਪਰਫੈਕਟ ਟੈਂਸ ਵਿੱਚ ਹੋ ਚੁੱਕਾ ਚੌਥਾ ਗੇਰਾ ਪਰਫੈਕਟ ਕੰਟੀਨਿਊਸ ਟੈਂਸ ਮਦੀ ਕੰਮ ਹੋ ਗਿਆ ਪਰ ਅੱਗੇ ਵੀ ਚੱਲਦਾ ਰਹੇਗਾ ਜਿਸਨਾ ਅੱਜ ਇੱਕ ਲੈਸਨ ਪੜ੍ਹਾਤਾ ਉਹ ਤੇ ਕੰਪਲੀਟ ਹੋ ਗਿਆ ਪਰ ਅਗਲਾ ਪਾਰਟ ਵੀ ਪੜ੍ਹਾਵਾਂਗੇ ਉਸ ਸਿਲੇਬਸ ਇਹ ਪੂਰਾ ਨਹੀਂ ਹੋਇਆ ਤਾਂ ਕੰਟੀਨਿਊਸ ਰਹੇਗਾ ਪਰਫੈਕਟ ਕੰਟੀਨਿਊਸ ਟੈਂਸ ਸੋ ਨਾ ਜਿਹੜੇ ਚਾਰ ਟੈਂਸ ਨੇ ਇਹਨੋਂ ਗਾ ਜਿਹੜੇ ਆਪਣਾ ਤਿੰਨ ਟੈਂਸਸ ਨੂੰ ਦੱਸੇ ਸੀ ਉਹਨਾਂ ਨੂੰ ਕਿੰਨਾ ਨਾਲ ਵਰਤਿਆ ਜਾਂ ਵਰਤੇਗਾ ਜਦੋਂ ਪ੍ਰੈਜ਼ੈਂਟ ਟੈਂਸ ਨਾਲ ਸਿੰਪਲ ਆਪਾਂ ਪ੍ਰੈਜ਼ੈਂਟ ਪ੍ਰੈਜ਼ੈਂਟ ਇਨਡੈਫਿਨਿਟ ਟਾਈਮਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਪ੍ਰੈਜ਼ੈਂਟ ਪਰਫੈਕਟ ਟੈਂਸ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਸਿੰਪਲ ਹੈ ਕੁਝ ਜ਼ਿਆਦਾ ਨਹੀਂ ਰਟਾ ਮਾਰਨ ਦੇ ਲੋੜ ਨਹੀਂ ਸਿਰਫ ਇੱਕ ਟੈਂਸ ਨੂੰ ਯਾਦ ਕਰਨਾ ਔਰ ਇਹ ਨਾਲ ਤੁਹਾਨੂੰ ਇਹ ਚਾਰੇ ਦੇ ਨਾਲ ਚਾਰੇ ਯਾਦ ਹੋ ਜਾਣਗੇ ਪ੍ਰੈਜ਼ੈਂਟ ਜੇ ਬੋਲਣਾ ਪ੍ਰੈਜ਼ੈਂਟ ਇਨਡੈਫਿਨਿਟ ਵੀ ਹੈ ਕੰਟੀਨਿਊਸ ਵੀ ਹੈ ਪਰਫੈਕਟ ਤੇ ਪਰਫੈਕਟ ਕੰਟੀਨਿਊਸ ਚਾਰੇ ਆ ਗਏ ਉਸਰੇ ਪਾਸਟ ਦੇ ਨਾਲ ਸਿਰਫ ਅਗਲਾ ਪਾਸਟ ਲੱਗ ਗਿਆ ਨਾ ਕਿ ਪ੍ਰੈਜੈਂਟ ਲੱਗਿਆ ਸੀ ਹੁਣ ਪਾਸਟ ਇੰਡੈਫਿਨਿਟ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਫਿਰ ਜਦੋਂ ਅਪਰ ਵਿਕਾਲਤ ਜੇ ਫਿਊਚਰ ਟੈਂਸ ਦੀ ਗੱਲ ਕਰਦੇ ਉਸੇ ਤਰ੍ਹਾਂ ਚਾਰਾਂ ਨੂੰ ਫਿਊਚਰ ਇੰਡੈਫਿਨਿਟ ਕੰਟੀਨਿਊਸ ਟੈਂਸ ਫਿਊਚਰ ਪਰਫੈਕਟ ਟੈਂਸ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਸੋ ਇਹ ਤਿੰਨ ਟੈਂਸਸ ਨੂੰ ਗਾ ਚਾਰ ਚਾਰ ਭਾਗਾਂ ਚ ਵੰਡਿਆ ਗਿਆ ਕਿੰਨੇ ਟੋਟਲ ਬਣ ਕੇ 12 ਆ ਚਾਰੋਂ ਨਾਲ ਐਡ ਕਰਦੇ ਸਿਰਫ ਇੱਕ ਨਾਮ ਯਾਦ ਕਰਨਾ ਚਾਹੀਦਾ ਕਿ ਪ੍ਰੈਜ਼ੈਂਟ ਦੇ ਨਾਲ ਪ੍ਰੈਜ਼ੈਂਟ ਲਾ ਦੇਣਾ ਕਿ ਚਾਰੋਂ ਦੇ ਅੱਗੇ ਪਾਸਟ ਦਾ ਪਾਸਟ ਲਾ ਦੇਣਾ ਜੇ ਫਿਊਚਰ ਦੀ ਗੱਲ ਕਰ ਰਹੇ ਆਪਾਂ ਜੋ ਕੰਮ ਕਰਨਾ ਉਹਨਾਂ ਨਾਲ ਚਾਰਨ ਲੱਗੇਗਾ ਸੋ ਆਪਾਂ ਇੱਕ ਰਿਵਾਈਜ਼ ਫਰ ਕਰ ਲੈਂਦੇ ਜੀ ਵਰਤਮਾਨ ਕਾਲ ਚ ਪ੍ਰੈਜ਼ੈਂਟ ਇੰਡੈਫਿਨਟ ਪ੍ਰੈਜ਼ੈਂਟ ਕੰਟੀਨਿਊਸ ਪ੍ਰੈਜ਼ੈਂਟ ਪਰਫੈਕਟ ਟੈਂਸ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਪਾਸਟ ਟੈਂਸ ਜੋ ਹੁੰਦਾ ਪਾਸਟ ਇੰਡੈਫਿਨਟ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਤੇ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਭਵਿੱਖ ਕਾਲ ਜੀ ਫਿਊਚਰ ਟੈਂਸ ਫਿਊਚਰ ਇਨਡੈਫਿਨਿਟ ٹینس ਫਿਊਚਰ ਕੰਟੀਨਿਊਸ ਟੈਂਸ ਫਿਊਚਰ ਪਰਫੈਕਟ ਟੈਂਸ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਸੋ ਬਰੀਫ ਜਿਦਾਂ ਦੱਸਿਆ ਚ ਟੈਂਸਸ ਬਾਰੇ ਦੱਸੇ 12 ਟੈਂਸੇ ਜਿਹੜੇ ਬਣ ਜਾਂਦੇ ਚਾਰੋਂ ਤਿੰਨਾਂ ਨੂੰ ਜਿਹਾ ਚਾਰ ਭਾਗਾਂ ਚ ਵੰਡ ਕੇ ਟੋਟਲ 12 ਹੋਗੇ ਵੀਡੀਓ ਦਾ ਲੰਬੀ ਹੋ ਜੇ ਇਸ ਅਗਲੇ ਪਾਰਟ ਚ ਮੈਂ ਤੁਹਾਨੂੰ ਹੋਰ ਡਿਟੇਲ ਸਮਝਾਵਾਂਗੇ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਕਿਦਾਂ ਵਰਤਨਾ ਹੋ ਰਿਹਾ ਐਗਜ਼ਾਮਪਲ ਸਮੇਤ ਸਮਝਾਵਾਂਗਾ ਸੋ ਜੇ ਕੋਈ